ਕਪੂਰਥਲਾ ਵਿੱਚ ਸਥਿਤ ਰੇਲ ਕੋਚ ਫੈਕਟਰੀ ਵਿੱਚ ਕਰਮਚਾਰੀਆਂ ਨੇ ਸਾਲ 2016 ਵਿੱਚ ਇੱਕ ਅਜਿਹਾ ਕੰਮ ਸ਼ੁਰੂ ਕੀਤਾ ਜਿਸ ਦੀ ਹਰ ਪਾਸੇ ਚਰਚਾ ਹੈ ਅਤੇ ਤਾਰੀਫ ਹੋ ਰਹੀ ਹੈ। ਦਰਅਸਲ ਕਪੂਰਥਲਾ ਵਿੱਚ RCF ਲੰਗਰ ਪਰਿਵਾਰ ਦੇ ਨਾਂ 'ਤੇ ਇੱਕ ਸੰਸਥਾ ਸ਼ੁਰੂ ਕੀਤੀ ਗਈ ਜਿਸ ਵਿੱਚ ਰੇਲ ਕੋਚ ਫੈਕਟਰੀ ਤੋਂ ਰਿਟਾਇਰ ਅਤੇ ਮੌਜੂਦਾ ਕਰਮਚਾਰੀ ਜੁੜੇ ਹੋਏ ਹਨ। ਇਹ ਸੰਸਥਾ ਲਗਾਤਾਰ 2016 ਤੋਂ ਲੰਗਰ ਦੀ ਸੇਵਾ ਕਰ ਰਹੀ ਹੈ। ਇਹ ਲੰਗਰ ਉਹਨਾਂ ਜ਼ਰੂਰਤਮੰਦ ਅਤੇ ਮਰੀਜ਼ਾਂ ਨੂੰ ਖਿਲਾਇਆ ਜਾਂਦਾ ਹੈ ਜੋ ਕਿ ਸਰਕਾਰੀ ਹਸਪਤਾਲ ਕਪੂਰਥਲਾ ਵਿੱਚ ਆਪਣੇ ਕਿਸੇ ਪਰਿਵਾਰ ਦੇ ਨਾਲ ਆਉਂਦੇ ਹਨ। ਮੇਰਾ ਨਾਮ ਸਰਦਾਰ ਗੁਰਦੇਵ ਸਿੰਘ। ਤੁਸੀਂ ਕੰਮ ਕਰਦੇ ਹੋ? ਅਸੀਂ, ਮੈਂ ਰੇਲ ਕੋਚ ਫੈਕਟਰੀ ਤੋਂ ਐਜ਼ ਏ ਸੀਨੀਅਰ ਸੈਕਸ਼ਨ ਇੰਜੀਨੀਅਰ ਰਿਟਾਇਰ ਹੋਇਆ ਜੀ। ਤੋ ਅਸੀਂ ਲੰਗਰ ਸੇਵਾ ਵਿੱਚ ਮਿਲ ਕੇ ਸੇਵਾ ਕਰਦੇ ਹਾਂ। ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਕਿੱਦਾਂ ਦਾ ਲੱਗ ਰਿਹਾ ਸੇਵਾ ਕਰਕੇ? ਸਾਨੂੰ ਬਹੁਤ ਚੰਗਾ ਲੱਗਦਾ। ਗੁਰੂ ਸਾਹਿਬ ਨੇ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਬਖਸ਼ਿਆ ਵਾ, ਇਹ ਸਾਰੇ ਆਪਾਂ ਸਾਂਝੇ ਹਾਂ ਆਪਣੇ ਭੈਣ ਭਰਾਵਾਂ ਤੋਂ। ਇਹ ਲੰਗਰ ਅਸੀਂ ਸ਼ੇਅਰ ਕਰਦੇ ਹਾਂ, ਤਿਆਰ ਕਰਦੇ, ਉੱਥੇ ਮੰਦਿਰ ਵਿੱਚ ਆਪਾਂ ਤਿਆਰ ਕਰਦੇ ਹਾਂ ਜੀ। ਤੋ ਇੱਥੇ ਇਕੱਠੇ ਹੋ ਕੇ ਅੱਗੇ ਵਰਤਾਉਂਦੇ, ਛਕਣ ਵਾਲੇ ਆਉਂਦੇ ਆ, ਛਕਦੇ ਆ ਅਤੇ ਸੇਵਾ ਦੇ ਵਿੱਚ ਸਾਰੇ ਖੁਸ਼ੀ ਹਾਸਲ ਕਰਦੇ ਹਾਂ। ਇਹ ਵੀ ਸਾਡੇ ਨਾਲ ਇੰਪਲੋਈ ਆ ਜਿਹੜੇ ਛੁੱਟੀ ਤੋਂ ਬਾਅਦ ਸਾਡੇ ਨਾਲ ਸਹਿਯੋਗ ਕਰਦੇ। ਹਿੰਦੂ ਸਿੱਖ ਏਕਤਾ ਦੀ ਇੱਕ ਮਿਸਾਲ ਵੀ ਜਿਹੜੀ ਆ ਉਹ ਪੇਸ਼ ਕਰ ਰਹੇ ਹਾਂ ਕਿ ਮੰਦਿਰ ਦੇ ਵਿੱਚ ਜਿਹੜਾ ਵਾ ਲੰਗਰ ਜਿਹੜਾ ਉਹ ਤਿਆਰ ਹੁੰਦਾ। ਹਾਂਜੀ, ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸਾਂਝੀਵਾਲਤਾ ਦਾ ਇੱਕ ਪ੍ਰੈਕਟੀਕਲ ਸਾਡਾ ਹੈਗਾ ਕਿ ਮੰਦਿਰ ਵਿੱਚ ਅਸੀਂ ਬਣਾਉਂਦੇ ਹਾਂ, ਇੱਥੇ ਆ ਕੇ ਲਿਆ ਕੇ ਵਰਤਾਉਂਦੇ ਹਾਂ ਅਤੇ ਬੜੀ ਖੁਸ਼ੀ ਨਾਲ ਸਾਨੂੰ ਸਾਡਾ ਇੱਕ ਪਰਿਵਾਰ ਸਾਂਝਾ ਪਰਿਵਾਰ ਹੈ ਜੀ ਸਾਡਾ। ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਇਸ ਸੰਸਥਾ ਨਾਲ ਜੁੜੇ? ਸੰਸਥਾ ਦੇ ਵਿੱਚ ਪਿਛਲੇ 2 ਸਾਲ ਤੋਂ ਤਾਂ ਮੈਂ ਲਗਾਤਾਰ ਜੁੜਿਆ ਜੀ। ਪਹਿਲਾਂ ਮੈਂ ਇੱਥੇ ਇੰਪਲੋਈ ਸੀ ਤੋਂ ਟਾਈਮ ਮੁਤਾਬਕ ਆਉਂਦੇ ਸੀ। ਠੀਕ ਹੈ, ਅਤੇ ਕੋਈ ਆਮ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਹਾਂਜੀ, ਅਸੀਂ ਉਹਦਾ ਵੀ ਜੀ ਸਾਰੇ ਅਸੀਂ ਏਕ ਪਿਤਾ ਏਕ ਸਕੇ ਹਮ ਬਾਰਕ ਹੈ ਜੀ। ਤੋ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਦੀ ਸਾਂਝ ਹੈ, ਇਹੀ ਭਾਈਚਾਰਾ ਸਾਡਾ ਅਤੇ ਇਹੀ ਸਾਡੇ ਵੱਡਿਆਂ ਦੀ ਸਿੱਖਿਆਵਾਂ ਵੀ ਆ ਜਿਹਨਾਂ ਸਾਨੂੰ ਮਿਲ ਕੇ ਅਸੀਂ ਖੁਸ਼ੀ ਹਾਸਲ ਕਰਦੇ ਹਾਂ। ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਦੇਸ਼ ਦਿੰਦੇ ਹਾਂ ਵੀ ਇੱਦਾਂ ਅਸੀਂ ਮਿਲ ਕੇ ਇੱਕਜੁੱਟ ਹੋ ਕੇ ਜਦੋਂ ਇਹ ਅੱਗੇ ਵਧਾਂਗੇ ਤਾਂ ਸੰਸਾਰ ਵੀ ਸਾਡੀ ਸੋਭਾ ਕਰੇਗਾ ਜੀ। ਅਤੇ ਇਹ ਮੰਦਿਰ ਹੈ ਕਿੱਥੇ ਜੀ? ਇੱਥੇ ਲੰਗਰ ਪਿਆ? ਇਹ ਰੇਲ ਕੋਚ ਫੈਕਟਰੀ ਬਿਲਕੁਲ ਗੇਟ ਦੇ ਸਾਹਮਣੇ ਮੰਦਿਰ ਹੈ ਜੀ। ਔਰ ਇਹ ਜਦੋਂ ਤੋਂ ਆਸਿਆ ਬਣੇ ਆ, ਸ਼ੁਰੂ ਤੋਂ ਲੈ ਕੇ ਮੰਦਿਰ ਚੱਲ ਰਿਹਾ ਨਾਲ ਨਾਲ, ਤੋ ਉਦੋਂ ਤੋਂ ਲੈ ਕੇ ਸੇਵਾਵਾਂ ਵੀ ਚੱਲ ਰਹੀਆਂ। ਸੇਵਾ ਸਾਡੀ ਲਗਭਗ 15-16 ਤੋਂ ਆਰੰਭ ਹੋਈ ਹੈ ਜੀ। ਤੋ ਪਹਿਲਾਂ ਤੋਂ ਚੱਲਦਾ ਸੀ, ਪਰ ਜੋ ਐਫੀਸ਼ੀਐਂਟਲੀ ਅਸੀਂ ਜਿਹੜਾ ਵਾ ਉਹ ਕੀ ਕਰਨਾ ਚੱਲ ਰਿਹਾ, 16 ਤੋਂ ਲਗਾਤਾਰ ਚੱਲ ਰਿਹਾ ਜੀ। ਮੇਰਾ ਨਾਮ ਜੰਡਰਾਜ ਹੈਗਾ ਜੀ। ਮੈਂ ਰਿਟਾਇਰਡ ਹੈਗਾ RCF ਤੋਂ, ਮੈਨੂੰ 16 ਸਾਲ ਹੋ ਗਏ ਰਿਟਾਇਰ ਹੋਏ। ਇੱਥੇ ਕਾਫੀ ਜਿਹੜੇ ਤੁਹਾਡੀ ਟੀਮ ਦੇ ਜਿਹੜੇ ਮੈਂਬਰ ਆ ਇਹ ਕਾਫੀ ਜਿਹੜੇ ਰਿਟਾਇਰ ਆ ਜੀ, ਇਹ ਰੇਲਵੇ ਚ ਹੋਏ? ਹਾਂਜੀ, ਰੇਲਵੇ ਤੋਂ ਰਿਟਾਇਰ ਹੋਏ ਨੇ, ਕੁਛ ਦੂਸਰੇ ਵੀ ਹੈਗੇ ਨੇ। ਇਹ ਦੇਖੋ ਹਿਸਟਰੀ ਤਾਂ ਬੜੀ ਲੰਬੀ ਹੈਗੀ, ਦੱਸਣਾ ਵੀ ਜ਼ਰੂਰੀ ਹੈ ਕਿ ਸਾਡਾ ਇੱਕ ਮੈਂਬਰ ਐਸਾ ਦਾ ਹੈਗਾ ਜਿਹਨੂੰ ਬੜਾ ਹੀ ਪਰੇਸ਼ਾਨ ਸੀ, ਯਾਨੀ ਕਿ ਉਹਦੀ ਇੱਕ ਔਲਾਦ ਸੀਗੀ, ਲੜਕਾ ਸੀ, ਬੜਾ ਸੀਗਾ, ਮਾਲਕ ਨੇ ਉਹਨੂੰ ਆਪਣੇ ਆਪ ਖਿੱਚ ਲਿਆ ਪਿੱਛੇ, ਠੀਕ ਹੈ, ਉਹਦੀ ਬੇਸ 'ਤੇ ਅਸੀਂ ਇਹ ਲੰਗਰ ਕਰ ਲਿਆ, ਠੀਕ ਹੈ ਜੀ। ਅਤੇ ਅੱਜ ਉਹ ਪਰਮਾਤਮਾ ਨੇ ਉਹਨੂੰ ਬਹੁਤ ਕੁਝ ਦਿੱਤਾ ਹੈਗਾ, ਅਤੇ ਉਸ ਮਾਲਕ ਦੀ ਦੇਣ ਨਾਲ ਇਹਨੂੰ ਫਿਰ ਦੁਬਾਰਾ ਜਿਹੜਾ ਲੜਕਾ ਦਿੱਤਾ, ਅਸੀਂ ਉਸ ਚੀਜ਼ ਨਾਲ ਬੜੇ ਖੁਸ਼ ਹੈਗੇ ਹਾਂ, ਠੀਕ ਹੈ। ਜਿਸ ਨੇ ਲੰਗਰ ਚਲਾਇਆ ਨਾ, ਅਸੀਂ ਕਹਿੰਦੇ ਕਿ ਉਹਦੀ ਉਮਰ ਹੋਰ ਦੁੱਗਣੀ ਤੋਂ ਦੁੱਗਣੀ ਪਰਮਾਤਮਾ ਦੀ ਲੰਬੀ, ਅਤੇ ਗਰੀਬਾਂ ਦੀ ਸੇਵਾ ਕਰਦਾ। ਪਹਿਲੇ ਜਿਹੜਾ ਖਰਚ ਸੀ ਸਿਰਫ ਉਸ ਲੜਕੇ ਨੇ ਚੁੱਕਿਆ ਕਿ ਜਿਹਦਾ ਹੀ ਪਰਿਵਾਰ ਦੇ ਨਾਲ ਸੰਬੰਧ ਸੀ, ਬਾਕੀ ਲੋਕਾਂ ਦੇ ਸੰਯੋਗ ਨਾਲ ਬਹੁਤ ਕੁਛ ਆ ਰਿਹਾ। ਅਸੀਂ ਕਹਿੰਦੇ ਕਿ ਇਸੇ ਤਰ੍ਹਾਂ ਸੰਯੋਗ ਨਾਲ ਆਉਂਦਾ ਰਹੇ ਅਤੇ ਸਾਡੀ ਸੇਵਾ ਜਿਹੜੀ ਆ ਗਰੀਬਾਂ ਨੂੰ ਜਾਂਦੀ। ਅਤੇ ਉਸ ਲੜਕੇ ਨੇ ਨਾ ਮਰੀਜ਼ਾਂ ਦੀ ਸੇਵਾ ਵੀ ਕੀਤੀ ਆ, ਘਰ ਜਾ ਕੇ ਵੀ ਕੀਤੀ ਹੈ,
ਅਤੇ ਲੜਕੀਆਂ ਦੇ ਵਿਆਹ ਵੀ ਕੀਤੇ ਉਸ ਲੜਕੇ ਨੇ। ਅਸੀਂ ਉਸ ਲੜਕੇ ਨਾਲ ਇੰਨੇ ਤੋਂ ਖੁਸ਼ ਹੈਗੇ ਹਾਂ ਕਿ ਜਿਹੜਾ ਪਰਮਾਤਮਾ ਨੂੰ ਸਭ ਕੁਝ ਦੇਵੇ ਅਤੇ ਸਾਡੀ ਦੁਆਵਾਂ ਉਹਦੇ ਨਾਲ। ਕੀ ਨਾਂ ਜੀ ਆਪਣਾ? ਮੇਰਾ ਨਾਮ ਸਰ ਰਾਜਕੁਮਾਰ ਹੈ ਜੀ। ਕੀ ਕੰਮ ਕਰਦੇ ਹੋ? ਮੈਂ ਰੇਲਵੇ ਤੋਂ ਰਿਟਾਇਰ ਹਾਂ ਜੀ, ਜਨਵਰੀ 2000 ਤੋਂ 2023 'ਚ ਰਿਟਾਇਰ ਹੋਇਆ ਸੀ। ਜਨਵਰੀ 2016 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਜਿਹੜਾ ਅੱਜ ਦੇ ਦਿਨ ਤੱਕ ਚੱਲ ਰਿਹਾ ਵਾ। ਇਹ ਅਸੀਂ ਹਫਤੇ 'ਚ ਦੋ ਦਿਨ ਬਣਾਉਂਦੇ ਹਾਂ, ਮੰਗਲਵਾਰ ਤੇ ਸ਼ੁੱਕਰਵਾਰ ਬਣਾਉਂਦੇ ਹਾਂ। ਇੱਥੇ ਬਣਾ ਕੇ ਅਤੇ ਆਪਣਾ ਸਿਵਲ ਹੋਸਪਿਟਲ ਅਸੀਂ ਲੈ ਕੇ ਜਾਂਦੇ ਹਾਂ ਤਾਂ ਉੱਥੇ ਪੇਸ਼ੈਂਟਾਂ ਨੂੰ ਅਸੀਂ ਦਿੰਦੇ ਹਾਂ। ਸਾਡੇ ਕੋਲ ਟੀਮ ਵਿੱਚ ਘੱਟੋ ਘੱਟ 150 ਮੈਂਬਰ ਹੈ ਜੀ, ਅਤੇ ਇਸ ਟੀਮ ਦੇ ਲੰਗਰ ਜਿਹੜੇ ਵਿੱਚ ਸਾਰੇ ਬੰਦੇ ਤਾਂ ਨਹੀਂ ਆਉਂਦੇ ਹੈਗੇ, ਉਹਦੇ ਵਿੱਚ 15 ਜਾਂ 20 ਬੰਦੇ ਆ ਜਾਂਦੇ ਆ, ਜਿਹਦੇ ਨਾਲ ਅਸੀਂ ਲੰਗਰ ਫਿਰ ਰਿਪੇਅਰ ਕਰਦੇ ਹਾਂ, ਆਪਣੇ ਆਪ ਰਿਪੇਅਰ ਕਰਦੇ ਹਾਂ ਅਤੇ ਆਪੇ ਆਪ ਵੀ ਵੰਡ ਕੇ ਆਉਂਦੇ ਹਾਂ ਉੱਥੇ। ਇਹ ਸਾਡਾ ਜੀ ਟੀਮ ਵਰਕ ਹੈਗਾ, ਅਸੀਂ ਆਪ ਹੀ ਖੁਦ ਬਣਾਉਂਦੇ ਹਾਂ, ਆਪ ਹੀ ਸਾਰਾ ਮਟੀਰੀਅਲ ਲੈ ਕੇ ਆਉਂਦੇ ਹਾਂ ਬਾਜ਼ਾਰ ਦੇ ਵਿੱਚੋਂ, ਜੋ ਸਾਨੂੰ ਵਧੀਆ ਮਟੀਰੀਅਲ ਲੱਗਦਾ ਵਾ ਉਹ ਅਸੀਂ ਲੈ ਕੇ ਆਉਂਦੇ ਹਾਂ। ਜਿਵੇਂ ਸਬਜ਼ੀਆਂ ਬਣਾਉਂਦੇ ਹਾਂ, ਦਾਲਾਂ ਬਣਾਉਂਦੇ ਹਾਂ, ਦਲੀਆ, ਖਿਚੜੀ, ਦੁੱਧ ਅਤੇ ਚਾਹ, ਇਹ ਸਾਰਾ ਅਸੀਂ ਜਿਹੜਾ ਲੰਗਰ ਵਿੱਚ ਬਣਾ ਕੇ ਅਸੀਂ ਲੈ ਕੇ ਜਾਂਦੇ ਹਾਂ ਉਹਨਾਂ ਨੂੰ। ਕਿੰਨੇ ਕੁ ਬੰਦਿਆਂ ਦਾ ਜਿਹੜਾ ਇਹ ਲੰਗਰ ਹੁੰਦਾ? ਇਹ ਘੱਟੋ ਘੱਟ 150 ਬੰਦੇ ਦਾ ਲੰਗਰ ਅਸੀਂ ਲੈ ਕੇ ਜਾਂਦੇ ਹਾਂ। ਲੰਗਰ ਸੇਵਾ ਸ਼ੁਰੂ ਕੀਤੀ ਸੀਗੀ 1 ਜਨਵਰੀ 2016 ਨੂੰ ਲੰਗਰ ਸ਼ੁਰੂ ਕੀਤਾ ਸੀ ਮਰੀਜ਼ਾਂ ਵਾਸਤੇ ਕਪੂਰਥਲੇ ਲੰਗਰ ਲਾਤਾ ਜੀ ਇੱਥੇ ਤੇ ਇਹ ਲਗਾਤਾਰ ਹੀ ਹਰ ਮੰਗਲਵਾਰ ਤੇ ਸ਼ੁੱਕਰਵਾਰ ਰਾਤ ਦਾ ਖਾਣਾ ਅਸੀਂ ਬਣਾ ਕੇ ਲੈ ਕੇ ਆਉਂਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਸ਼ਾਮ ਨੂੰ ਖਲਾਉਂਦੇ ਹੋ ਲੰਗਰ? ਹਾਂਜੀ ਹਾਂਜੀ ਭਾਜੀ, 3 ਵਜੇ ਸਾਡੇ ਨਾਲ ਦੇ ਬੰਦੇ ਜਿਹੜੇ ਰਿਟਾਇਰ ਪਰਸਨ ਆ ਜਾਂ ਜਿਹਨਾਂ ਦੀ ਡਿਊਟੀ ਨਾਈਟ ਹੁੰਦੀ ਹੈ ਜੀ, ਉਹ ਖਾਣਾ ਬਣਾਉਂਦੇ ਆ ਇੱਥੇ। ਅਸੀਂ ਫਿਰ ਡਿਊਟੀ ਆਫ ਕਰਨ ਤੋਂ ਬਾਅਦ ਇੱਥੇ 5:15 ਤੋਂ ਬਾਅਦ ਇੱਥੇ ਵੰਡਰ ਆਉਂਦੇ ਜੀ ਲੰਗਰ ਇੱਥੇ ਬਣਾ ਕੇ। ਬਿਲਕੁਲ ਜੀ ਬਿਲਕੁਲ ਬਿਲਕੁਲ, ਜੋ ਹਰ ਟਾਈਮ ਬਚਦਾ ਮਗਰੋਂ ਫਿਰ ਅਸੀਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਜੀ, ਸਮਾਜ ਸੇਵਾ। ਕਿੰਨੇ ਕੁ ਜਾਣੇ ਆ ਤੁਹਾਡੇ ਨਾਲ ਜੁੜੇ ਹੋਏ? ਸਾਡੇ ਕੋਲ ਭਾਜੀ ਇਸ ਟਾਈਮ 150 ਵਾਰ ਮਤਲਬ ਸਾਡੇ ਮੈਂਬਰ ਆ ਜੀ ਸਾਡੇ ਇਸ ਗਰੁੱਪ ਦੇ। ਕੁਛ ਸਾਡੇ ਇੰਪਲਾਈਜ ਨੇ ਜੀ, ਕੁਛ ਨਾਲ ਦੇ ਪਿੰਡੋਂ ਸਾਡੇ ਯਾਰ ਦੋਸਤ ਆ, ਕੁਛ ਪੁਲਿਸ ਮੁਲਾਜ਼ਮ ਨੇ, ਕਿੱਦਾਂ ਆ ਇੱਕ ਟੀਮ ਵਰਕ ਆ ਸਾਡਾ ਜੀ ਇਹ। ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਸਰਕਾਰੀ ਹੋਸਪਿਟਲ ਦੇ ਵਿੱਚ ਗਰੀਬਾਂ ਦੀ ਮਦਦ ਕੀਤੀ ਜਾਵੇ, ਕਿ ਲੰਗਰ ਜਿਹੜਾ ਉਹ ਸ਼ੁਰੂ ਕੀਤਾ ਜਾਵੇ? ਭਾਜੀ ਬਹੁਤ ਲੰਮੀ ਹੈਗੀ ਸਟੋਰੀ, ਪਰ ਮੈਂ ਤੁਹਾਨੂੰ ਛੋਟੇ ਸ਼ਬਦ ਦੱਸਣ ਲੱਗਾ। ਮੇਰਾ ਬੇਟਾ ਸੀਗਾ ਜੀ ਜਿਹੜਾ 2015 ਵਿੱਚ ਜਿਹੜਾ ਰਿਹਾ ਨਹੀਂ ਇੱਥੇ ਸਾਡੇ ਕੋਲ, ਰੱਬ ਨੂੰ ਪਿਆਰਾ ਹੋ ਗਿਆ। ਅਸੀਂ 1.5 ਸਾਲ ਨਾਲ ਟ੍ਰੀਟਮੈਂਟ ਕਰਵਾਇਆ ਬੱਚੇ ਦਾ ਫੋਰਟੀ ਦੇ ਵਿੱਚ, ਉਹ ਬੜੇ ਧੱਕੇ ਖਾਧੇ ਅਸੀਂ, ਰੋਟੀ ਵੀ ਮੁੱਲ ਖਾਣੀ, ਚਾਹ ਵੀ ਮੁੱਲ ਪੀਣੀ, ਅਸੀਂ ਇਲਾਜ ਦੇ ਮੁੱਲ ਪਰ ਹੋਣਾ ਹੀ ਹੁੰਦਾ ਹੈ ਨਾ ਜੀ। ਅਤੇ ਉਹ ਜਦੋਂ ਮੇਰਾ ਬੇਟਾ ਨਹੀਂ ਰਿਹਾ ਤਾਂ ਅਸੀਂ ਬੜੇ ਮਤਲਬ ਮੈਂਟਲੀ ਅਪਸੈਟ ਹੋ ਗਏ, ਮੈਂ ਅਤੇ ਮੇਰੀ ਵਾਈਫ। ਫਿਰ ਉਦੋਂ ਸਾਡੇ ਮਨ 'ਚ ਆਇਆ ਵੀ ਆਪਾਂ ਲੰਗਰ ਸ਼ੁਰੂ ਕਰੀਏ। ਅਸੀਂ ਹੌਲੀ ਹੌਲੀ ਸਾਡੀ ਟੀਮ ਬਣ ਗਈ, ਯਾਰ ਦੋਸਤ ਇਕੱਠੇ ਹੋ ਗਏ, ਅਸੀਂ ਆਪਣੇ ਕੋਲੋਂ ਕਹਿਣ ਦਾ ਮਤਲਬ ਜਿਸ ਤਰ੍ਹਾਂ ਬੇਟਾ ਦਾ ਐਡਮਿਟ ਰਿਹਾ ਹੋਸਪਿਟਲ ਦੇ ਵਿੱਚ, ਹਾਂਜੀ, ਉਹਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਕਿ ਇੱਥੇ ਜੇ ਆਪਾਂ ਹੋਸਪਿਟਲ ਦੇ ਵਿੱਚ ਤੁਸੀਂ ਰਹਿ ਰਹੇ ਹੋ, ਕੋਈ ਮਰੀਜ਼ ਤੁਹਾਡਾ ਰਹਿ ਰਿਹਾ ਵਾ,
ਤੇ ਉਹ ਬਾਹਰੋਂ ਉਹਨੂੰ ਖਾਣਾ ਪੈਂਦਾ ਸੀ ਪੈਸੇ ਦੇ ਕੇ। ਭਾਅ ਜੀ ਅਸੀਂ ਨਾ ਜਦੋਂ ਬੇਟੇ ਦੀ ਡੈਥ ਹੋ ਗਈ ਨਾ ਉਦੋਂ ਬਾਅਦ 'ਚ ਮੇਰੇ ਮਨ 'ਚ ਵਿਚਾਰ ਆਇਆ ਸੀਗਾ ਜੀ ਵੀ ਆਪਾਂ ਵੀ ਸਮਾਜ ਸੇਵਾ ਕਰਨੀ ਕਿਉਂਕਿ ਆਪਣੇ ਨਾਲ ਇਹੀ ਚੀਜ਼ ਜਾਣੀ ਹੈ ਜੀ, ਹੈ ਨਾ ਜੀ। ਫਿਰ ਉਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸਾਰੇ ਇਕੱਠੇ ਹੋ ਕੇ ਜੀ, ਫਿਰ ਜਿੰਨਾ ਕੁ ਸਾਨੂੰ ਟਾਈਮ ਬਚਦਾ ਡਿਊਟੀ ਤੋਂ ਬਾਅਦ ਆਪਣੀ ਫੈਮਿਲੀ ਦਾ ਟਾਈਮ ਦੇ ਕੇ ਫਿਰ ਅਸੀਂ ਸੇਵਾ ਸ਼ੁਰੂ ਕੀਤੀ ਜੀ। ਇਹ ਸੇਵਾ ਕਿੰਨੇ ਦਿਨ ਚੱਲਦੀ ਹੈ? ਇਹ ਭਾਅ ਜੀ ਮੰਗਲਵਾਰ ਸ਼ੁੱਕਰਵਾਰ ਦੋ ਦਿਨ ਹਫ਼ਤੇ 'ਚ। ਸਬਜ਼ੀ ਦਾ ਮੌਸਮ ਉਬਲਣੀ ਸਬਜ਼ੀ, ਕਈ ਵਾਰੀ ਕੜੀ ਚਾਵਲ ਬਣਦੇ ਆ ਜਿਵੇਂ ਜੋ ਲੋਕਾਂ ਦੀ ਡਿਮਾਂਡ ਹੁੰਦੀ ਜੀ ਉਹ ਬਣਾ ਕੇ ਲੈ ਕੇ ਆਉਂਦੇ ਆ। ਭਾਅ ਜੀ ਮੈਸੇਜ ਇਹੀ ਆ ਵੀ ਸਭ ਤੋਂ ਵੱਡੀ ਸੇਵਾ ਇਹੀ ਹੈ ਮਨੁੱਖਤਾ ਦੀ ਸੇਵਾ। ਜਿਹੜੇ ਆਪਾਂ ਦੇਖਦੇ ਹਾਂ ਵੀ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਆ ਜਾਂ ਮੇਲੇ ਹੋ ਰਹੇ ਆ, ਇੱਕ ਉਹਨਾਂ ਵੀਰ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਮੇਲਾ ਘੱਟ ਕਰਾ ਲਓ ਇੱਕ, ਪਰ ਲੋੜਵੰਦਾਂ ਦੀ ਬਾਂਹ ਫੜਿਆ ਕਰੋ। ਕਬੱਡੀ ਕੱਪ 'ਚ ਕਰਾਉਂਦੇ ਹਾਂ 10-12 ਲੱਖ ਰੁਪਏ ਲਾਉਂਦੇ ਹਾਂ ਆਪਾਂ, ਉਹ 'ਚ 2-3 ਲੱਖ ਰੁਪਏ ਘਟਾ ਕੇ ਲਾ ਲਓ, ਪਰ ਕਿਸੇ ਲੋੜਵੰਦ ਪਰਿਵਾਰ ਦੀ ਬਾਂਹ ਫੜੋ, ਕਿਸੇ ਬੱਚੇ ਦਾ ਇਲਾਜ ਕਰਵਾ ਦਿਓ, ਕਿਸੇ ਬੱਚੇ ਨੂੰ ਪੜ੍ਹਾ ਦਿਓ, ਸਭ ਤੋਂ ਵੱਡੀ ਭਾਈ ਸੇਵਾ ਇਹੀ ਹੈ ਮੇਰੇ ਖਿਆਲ 'ਚ। ਤੁਹਾਡੇ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ, ਤੁਹਾਡੀ ਸਭ ਤੋਂ ਵੱਡੀ ਸੇਵਾ ਇਹੀ ਹੈ? ਬਿਲਕੁਲ ਭਾਜੀ, ਮਰੀਜ਼ਾਂ ਨੂੰ ਇੱਥੇ ਖਾਣਾ ਖਿਲਾਉਣਾ, ਹਾਂਜੀ ਭਾਜੀ, ਮਨੁੱਖ ਤਰ੍ਹਾਂ ਸੇਵਾ ਸਭ ਤੋਂ ਵੱਡੀ ਸੇਵਾ ਭਾਜੀ ਇਹੀ। ਇਹ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਭਾਜੀ? ਬਿਲਕੁਲ, ਜਦ ਤੱਕ ਸਾਡੇ ਸਾਹ ਹੈਗੇ ਜੀ, ਜਦ ਬਰਾਬਰ ਹਾਂ ਜਿੰਨੇ ਕੁ ਸਵਾਸਥ ਬਖਸ਼ਿਆ ਜੀ, ਆਪਾਂ ਨਿਰੰਤਰ ਸੇਵਾ ਕਰੀ ਜਾਣੀ ਇਸ ਤਰ੍ਹਾਂ ਜੀ। ਮੇਰਾ ਨਾਂ ਸਤਪਾਲ ਹੈ ਜੀ। ਤੁਸੀਂ ਕਰਦੇ ਜੀ? ਮੈਂ ਆਰਸੀਐਫ ਕਪੂਰਥਲਾ ਤੋਂ ਰਿਟਾਇਰ ਹੋਇਆ ਜੀ ਰੇਲਵੇ 'ਚੋਂ। ਹਾਂਜੀ ਹਾਂਜੀ, ਸਾਰੇ ਤਕਰੀਬਨ ਸਾਰੇ ਰਿਟਾਇਰਮੈਂਟ ਹੀ ਵਾਲੇ। ਹਾਂਜੀ ਹਾਂਜੀ, ਉਹਨਾਂ ਵਾਸਤੇ ਅਸੀਂ ਇੱਥੋਂ ਮੰਗਲਵਾਰ ਤੇ ਸ਼ੁੱਕਰਵਾਰ ਲੰਗਰ ਤਿਆਰ ਆਪ ਕਰਕੇ ਤੇ ਅਸੀਂ ਉੱਥੇ ਲੈ ਕੇ ਜਾਂਦੇ ਹਾਂ। ਅਸੀਂ ਮੰਗਲਵਾਰ ਸ਼ੁੱਕਰਵਾਰ ਤਕਰੀਬਨ ਅਲੱਗ ਅਲੱਗ ਦਲੀਆ, ਖਿਚੜੀ ਜਾਂ ਖੀਰ ਵਗੈਰਾ ਵੀ ਲੈ ਕੇ ਜਾਂਦੇ ਹਾਂ, ਕਈ ਵਾਰੀ ਕੜਾਹ ਬਣਦਾ ਜਾਂ ਅਲੱਗ ਅਲੱਗ ਸਬਜ਼ੀਆਂ ਬਣਾ ਕੇ ਖੜਦੇ ਹਾਂ। ਹਰ ਵਾਰੀ ਅਸੀਂ ਮਤਲਬ ਕੋਈ ਨਵੀਂ ਤੋਂ ਨਵੀਂ ਚੀਜ਼ ਬਣਾ ਕੇ ਖੜਦੇ ਹਾਂ ਉਹਨਾਂ ਮਰੀਜ਼ਾਂ ਵਾਸਤੇ, ਜਿਹੜੀ ਮਰੀਜ਼ਾਂ ਦੇ ਵਾਸਤੇ ਜ਼ਰੂਰੀ ਚਾਹੀਦੀ ਹੋ। ਇਹ ਅਸੀਂ ਆਪਣੇ ਲੰਗਰ ਸੇਵਾ ਸੁਸਾਇਟੀ ਰੱਖੀ ਹੋਈ ਹੈ ਆਰਸੀਐਫ। ਹਾਂਜੀ, ਅਸੀਂ ਲੰਗਰ ਜਿਹੜਾ ਹੈ ਉਹ ਤਕਰੀਬਨ ਅਸੀਂ 3 ਵਜੇ ਸ਼ੁਰੂ ਕਰਦੇ ਹਾਂ ਤੇ 5:15 ਵਜੇ ਅਸੀਂ ਲੈ ਕੇ ਚਲ ਜਾਂਦੇ ਹਾਂ ਉੱਥੇ। ਅਸੀਂ ਤਕਰੀਬਨ ਮਤਲਬ 150 ਬੰਦੇ ਦਾ ਲੰਗਰ ਅਸੀਂ ਤਿਆਰ ਕਰਦੇ ਹਾਂ ਇੱਥੇ। ਹਾਂਜੀ, ਨਹੀਂ ਨਹੀਂ, ਅਸੀਂ ਇੱਥੇ ਬਕਾਇਦਾ ਸਾਰਾ ਉੱਥੇ ਸਿਸਟਮ ਰੱਖਿਆ, ਥਾਲ ਰੱਖੇ ਆ, ਟਾਟ ਰੱਖੇ ਵਿਛਾ ਕੇ, ਸਾਰਾ ਪਾਣੀ ਦਾ ਅਰੇਂਜਮੈਂਟ ਸਾਰਾ ਅਸੀਂ ਉੱਥੇ ਆਪੇ ਕਰਕੇ ਰੱਖਿਆ। ਖਰਚਾ ਇੱਥੇ ਕੋਈ 3500 ਰੁਪਏ ਦਾ ਜਿਹੜਾ ਟੋਟਲ ਖਰਚਾ ਸਾਡਾ ਹੁੰਦਾ ਵਾ। ਹਾਂਜੀ ਹਾਂਜੀ, ਇੱਕ ਵਾਰੀ ਦਾ, ਮੰਗਲਵਾਰ ਸ਼ੁੱਕਰਵਾਰ ਇੱਕ ਵਾਰੀ 3500 ਰੁਪਏ ਖਰਚਾ ਉਹਦਾ ਮੰਗਲਵਾਰ ਦਾ, 3500 ਇੱਕ ਲੰਗਰ ਦਾ ਖਰਚਾ ਸਾਡਾ 3500 ਰੁਪਏ ਦਾ। ਪਹਿਲਾਂ ਤਾਂ ਜੋ ਜਿਹਨਾਂ ਨੇ ਮਤਲਬ ਸਕੀਮ ਚਲਾਈ ਸੀ ਲੰਗਰ ਸੇਵਾ ਜਿਹੜੀ ਸਾਡੀ ਚਲਾਈ ਸੀ ਉਹ ਪਹਿਲਾਂ ਆਪ ਚਲਾਉਂਦੇ, ਹੁਣ ਬਾਬੇ ਦੀ ਕਿਰਪਾ ਹੀ ਆ ਵੀ ਆਪਣੇ ਆਪ ਹੀ ਲੋਕੀ ਸਹਿਯੋਗ ਕਰ ਰਹੇ ਆ।
ਤੇ ਸੇਵਾ ਆਪਣੇ ਆਪ ਦਿੰਦੇ। ਹੁਣ ਵੀ ਸਾਡੇ ਕੋਲ ਤਕਰੀਬਨ 6-7 ਮਹੀਨੇ ਦੀ ਜਿਹੜੀ ਬੁਕਿੰਗ ਹੈਗੀ ਆ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਪਿੰਡ ਢੁੱਡੀਆਂ ਵਾਲੀ। ਮੇਰਾ ਇੱਥੇ ਫਰੈਂਡ ਸੀਗਾ ਜੀ, ਦਾਖਲ ਸੀਗਾ, ਇੱਥੇ ਮੈਂ ਆਇਆ ਸੀਗਾ ਜੀ। ਮੈਂ ਦੇਖਿਆ ਇੱਥੇ ਲੰਗਰ ਆਪਣੇ ਵੀਰ ਬਹੁਤ ਵਧੀਆ ਛਕਾਉਂਦੇ ਆ ਜੀ, ਇੱਥੇ ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਆ, ਇੱਥੇ ਮਤਲਬ ਲੰਗਰ ਛਕਾਉਂਦੇ ਆ। ਜਿਹੜੇ ਮਤਲਬ ਨਹੀਂ ਕਿਸੇ ਤੋਂ ਆਵਸ਼ਕ ਆ ਜਾਂਦਾ ਜੀ, ਪੈਸੇ ਦੇ ਕੇ ਬਾਹਰੋਂ ਔਖਾ ਹੋ ਜਾਂਦਾ ਜੀ, ਇੱਥੇ ਬਹੁਤ ਵਧੀਆ ਲੰਗਰ ਲਾਉਂਦੇ ਆਪਣੇ ਵੀਰ ਹਫ਼ਤੇ 'ਚ 2 ਦਿਨ ਲੰਗਰ ਛਕਾਉਂਦੇ ਆ ਜੀ। ਸਾਫ਼ ਸਫਾਈ ਦਾ ਬਹੁਤ ਧਿਆਨ ਆ ਜੀ, ਜੇ ਅੰਦਰ ਵੀ ਵਾਰਡ 'ਚ ਜਿਨ੍ਹਾਂ ਨੂੰ ਪ੍ਰੋਬਲਮ ਆ ਨਹੀਂ ਥੱਲੇ ਆਉਂਦੇ ਜੀ, ਉਹਨਾਂ ਵਾਸਤੇ ਵੀ ਪੈਕਿੰਗ ਦਿੱਤੀ ਜਾਂਦੀ ਹੈ ਜੀ। ਬਹੁਤ ਵਧੀਆ ਇਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਜੀ। ਹਾਂਜੀ, ਮੈਂ ਛਕ ਲਿਆ ਜੀ, ਤੇ ਮੈਂ ਆਪਣੇ ਬ੍ਰਦਰ ਬਹੁਤ ਵਧੀਆ ਸਫਾਈ ਦਾ ਪੂਰਾ ਧਿਆਨ ਆ, ਪੰਗਤ 'ਚ ਬਹਿ ਕੇ ਲੰਗਰ ਛਕਾਉਂਦੇ ਆ ਜੀ। ਬਹੁਤ ਵਧੀਆ ਪੰਗਤਾਂ 'ਚ ਬੈਠੇ ਹੋਏ ਆ, ਸਾਰੀ ਸੰਗਤ ਲੰਗਰ ਛਕਦੀ ਪਈ ਆ। ਬਹੁਤ ਵਧੀਆ ਇਹਨਾਂ ਦਾ ਉਪਰਾਲਾ ਜੀ, ਬਾਕੀ ਇਹਨਾਂ ਨੂੰ ਪਰਮਾਤਮਾ ਵਧੀਆ ਤਰੱਕੀ ਬਖਸ਼ੇ ਜੀ। ਬਹੁਤ ਵਧੀਆ ਕੰਮ ਇਹਨਾਂ ਦਾ ਜੀ, ਉਪਰਾਲਾ ਬਹੁਤ ਵਧੀਆ ਜੀ। ਸਰਦੂਲ ਸਿੰਘ ਜੀ, ਇਹ ਕਿੱਥੇ ਦੇ ਰਹਿਣ ਵਾਲੇ? ਬੂੜ ਜੀ। ਠੀਕ ਆ, ਸਿਵਲ ਹਸਪੀਟਲ ਆਏ ਸੀਗੇ? ਹਾਂਜੀ। ਕੀ ਗੱਲ ਹੋਈ? ਗੁੱਡੀ ਬਿਮਾਰ ਸੀਗੀ, ਉਹਨੂੰ ਲੈ ਗਏ ਸੀਗੇ। ਠੀਕ ਆ, ਤੇ ਇਹ ਇੱਥੋਂ ਲੰਗਰ ਖਾ ਰਹੇ ਹੋ? ਹਾਂਜੀ। ਠੀਕ ਆ, ਕਿੱਦਾਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਕਿੱਦਾਂ ਦਾ ਉਪਰਾਲਾ? ਬਹੁਤ ਵਧੀਆ ਜੀ, ਸੋਹਣਾ। ਤੇ ਇਹ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਕਹਿੰਦੇ ਵਧੀਆ ਲੰਗਰ ਚੱਲਦਾ, ਵਧੀਆ ਲੱਗਦਾ ਸਾਨੂੰ। ਅੱਜ ਦਾ ਮਰੀਜ਼ ਬੰਦਾ ਕਿਤੇ ਨਾ ਬਾਹਰ ਅੰਦਰ ਨਹੀਂ ਜਾਣ ਜੋਗਾ, ਰੋਟੀ ਘਰੋਂ ਨਹੀਂ ਆਉਂਦੀ। ਸਾਫ਼ ਸਫਾਈ ਕਿੱਦਾਂ ਲੱਗਦਾ? ਬਹੁਤ ਵਧੀਆ ਜੀ, ਬਹੁਤ ਵਧੀਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।